ਔਰ ਅਸੀਂ ਸਾਰਿਆਂ ਦਾ ਆਪਣੇ ਪਰਿਵਾਰ ਵੱਲੋਂ ਜੀ ਆਇਆਂ ਆਖਦੇ ਹਾਂ ਔਰ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਚੰਗੇ ਕੰਮ ਕਰੀਏ, ਸਾਰੇ ਰਲ ਕੇ ਚੁੱਪੇ ਚੰਗੇ ਕੰਮ ਕਰੀਏ, ਇੱਕ ਚੰਗੀ ਰਾਜਨੀਤੀ ਕਰੀਏ। ਤੇ ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲੈਂਦਾ, ਮੈਂ ਆਪਣੀ ਜਿਹੜੀ ਗੱਲ ਹੈ ਉਹ ਕਵਿਤਾ ਦੇ ਰੂਪ ਦੇ ਵਿੱਚ ਮੈਂ ਦੱਸਣਾ ਚਾਹਾਂਗਾ, ਕਿਉਂਕਿ ਸਾਡੇ ਜਿਹੜੇ ਸੀਐਮ ਨੇ ਭਗਵੰਤ ਮਾਨ ਸਿੰਘ ਜੀ, ਉਹ ਵੀ ਆਪਣੀਆਂ ਗੱਲਾਂ ਜ਼ਿਆਦਾਤਰ ਕਵਿਤਾਵਾਂ ਦੇ ਵਿੱਚ ਹੀ ਕਰਦੇ ਨੇ, ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਵਿਤਾਵਾਂ ਦੇ ਵਿੱਚ ਹੀ ਕਹਿ ਜਾਂਦੇ ਨੇ। ਤੇ ਮੈਂ ਕਵਿਤਾ ਆਪਣੇ ਪਿੰਡ ਦੇ ਰਿਲੇਟਡ ਇੱਕ ਲਿਖੀ ਸੀ ਅੱਜ ਸਵੇਰੇ। ਆਓ ਰਲ ਮਿਲ ਬਾਤਾਂ ਕੁੱਝ ਪਿੰਡਾਂ ਦੀਆਂ ਪਾਈਏ, ਆਓ ਰਲ ਮਿਲ ਬਾਤਾਂ ਕੁੱਝ ਪਿੰਡਾਂ ਦੀਆਂ ਪਾਈਏ, ਆਓ ਰਲ ਮਿਲ ਸੋਹਣਾ ਅਸੀਂ ਪਿੰਡ ਨੂੰ ਬਣਾਈਏ, ਆਓ ਰਲ ਮਿਲ ਸੋਹਣਾ ਅਸੀਂ ਪਿੰਡ ਨੂੰ ਬਣਾਈਏ। ਉਹ ਪਿੰਡ ਜਿੱਥੇ ਸਾਡਾ ਬੀਤਿਆ ਸੀ ਬਚਪਨ, ਉਹ ਪਿੰਡ ਜਿੱਥੇ ਸਾਡਾ ਬੀਤਿਆ ਸੀ ਬਚਪਨ, ਜਾਂਦੇ ਸੀ ਸਕੂਲ, ਜਾਂਦੇ ਸੀ ਸਕੂਲ ਨਾਲੇ ਲੱਗਦਾ ਸੀ ਆਪਣਾਪਣ, ਜਾਂਦੇ ਸੀ ਸਕੂਲ ਨਾਲੇ ਲੱਗਦਾ ਸੀ ਆਪਣਾਪਣ। ਆਓ ਉਸੇ ਪਿੰਡ ਵਿੱਚ, ਆਓ ਉਸੇ ਪਿੰਡ ਵਿੱਚ ਪਿਆਰ ਵਾਲੀ ਮਹਿਕ ਨੂੰ ਵਧਾਈਏ, ਆਓ ਉਸੇ ਪਿੰਡ ਵਿੱਚ ਪਿਆਰ ਵਾਲੀ ਮਹਿਕ ਨੂੰ ਵਧਾਈਏ, ਆਓ ਰਲ ਮਿਲ ਸੋਹਣਾ ਅਸੀਂ ਪਿੰਡ ਨੂੰ ਬਣਾਈਏ। ਸਾਡਾ ਪਿੰਡ, ਸਾਡਾ ਪਿੰਡ ਸਾਡੇ ਖੇਤ ਸਭ ਸਾਡੀ ਜਾਨ ਏ, ਸਾਡਾ ਪਿੰਡ ਸਾਡੇ ਖੇਤ ਸਭ ਸਾਡੀ ਜਾਨ ਏ, ਸਾਡੇ ਨਾਮ ਤੋਂ ਪਹਿਲਾਂ ਸਾਡਾ ਪਿੰਡ ਸਾਡੀ ਪਹਿਚਾਣ ਏ, ਸਾਡੇ ਨਾਮ ਤੋਂ ਪਹਿਲਾਂ ਸਾਡਾ ਪਿੰਡ ਸਾਡੀ ਪਹਿਚਾਣ ਏ। ਆਓ ਉਸੇ ਪਹਿਚਾਣ ਨੂੰ ਚਾਰ ਚੰਨ ਲਾਈਏ, ਆਓ ਉਸੇ ਪਹਿਚਾਣ ਨੂੰ ਚਾਰ ਚੰਨ ਲਾਈਏ, ਆਓ ਰਲ ਮਿਲ ਸੋਹਣਾ ਅਸੀਂ ਪਿੰਡ ਨੂੰ ਬਣਾਈਏ। ਮੈਂ ਇੱਕ ਲਾਸਟ ਵਿੱਚ ਲੈਣ ਜੋੜਨਾ ਚਾਹਾਂਗਾ ਜੋ ਸਾਡੇ ਦਿਲ ਦੀਆਂ ਗਹਿਰਾਈਆਂ ਨੇ। ਅੱਜ ਦੀ ਨੌਜਵਾਨੀ ਨੂੰ ਇੱਕ ਚੰਗੀ ਦਿਸ਼ਾ ਦੀ ਲੋੜ ਏ, ਅੱਜ ਦੀ ਨੌਜਵਾਨੀ ਨੂੰ ਇੱਕ ਚੰਗੀ ਦਿਸ਼ਾ ਦੀ ਲੋੜ ਏ, ਗਲੀਆਂ ਤੇ ਨਾਲੀਆਂ ਤੋਂ ਇਲਾਵਾ ਹੋਰ ਅੱਗੇ ਸੋਚਣ ਦੀ ਵੀ ਲੋੜ ਏ, ਗਲੀਆਂ ਤੇ ਨਾਲੀਆਂ ਤੋਂ ਇਲਾਵਾ ਕੁਛ ਅੱਗੇ ਸੋਚਣ ਦੀ ਵੀ ਲੋੜ ਏ। ਸਿੱਖਿਆ ਦੇ ਨਾਲ ਨਾਲ ਚੰਗੇ ਸਟੇਡੀਅਮਾਂ ਵਿੱਚ ਲੱਗੇ ਦੌੜੇ, ਸਿੱਖਿਆ ਦੇ ਨਾਲ ਨਾਲ ਇੱਕ ਚੰਗੇ ਸਟੇਡੀਅਮ ਵਿੱਚ ਲੱਗੇ ਦੌੜੇ, ਆਓ ਇਹੋ ਜਿਹੀ ਦੌੜ ਵਿੱਚ ਸਾਰੇ ਯੋਗਦਾਨ ਪਾਈਏ, ਆਓ ਇਸ ਦੌੜ ਵਿੱਚ ਸਾਰੇ ਯੋਗਦਾਨ ਪਾਈਏ, ਆਓ ਰਲ ਮਿਲ ਸੋਹਣਾ ਅਸੀਂ ਪਿੰਡ ਨੂੰ ਬਣਾਈਏ, ਆਓ ਰਲ ਮਿਲ ਸੋਹਣਾ ਅਸੀਂ ਪਿੰਡ ਨੂੰ ਬਣਾਈਏ। ਅੱਜ ਪਿੰਡ ਪਕਠਾਣਾ ਤੁਲੀਆਂ 'ਚ ਲੰਬੜਦਾਰ ਸਰਦਾਰ ਬਾਬਾ ਸਿੰਘ ਜੀ ਦੇ ਗ੍ਰਹਿ ਵਿਖੇ ਜਿਹੜਾ ਵਾ, ਅੱਜ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਹ ਰੰਧਾਵਾ ਪਰਿਵਾਰ ਜਿਹੜਾ ਸ਼ੁਰੂ ਤੋਂ ਪਿਛਲੇ 50-60 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਚੱਲਦਾ ਸੀਗਾ, ਅੱਜ ਇਹਨਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਤਾਂ ਮੈਂ ਇਹਨਾਂ ਨੂੰ ਯਕੀਨ ਦਿਵਾਉਂਦਾ ਕਿ ਤੁਹਾਡਾ ਜਿਹੜਾ ਬਣਦਾ ਮਾਨ ਸਨਮਾਨ ਆ ਪਾਰਟੀ 'ਚ ਹੋਣਾ, ਤਾਂ ਤੁਸੀਂ ਇਮਾਨਦਾਰੀ ਨਾਲ ਜਿਹੜੀ ਹੈ ਸੇਵਾ ਜਿਹੜੀ ਆਮ ਆਦਮੀ ਪਾਰਟੀ, ਲਗਭਗ 30 ਪਰਿਵਾਰ ਜਿਹੜੇ ਨੇ, ਲਗਭਗ ਜਿਹੜੀ ਕਾਂਗਰਸ ਵਾ ਪਠਾਣਾ ਤੁਲੀਆਂ 'ਚ, ਅੱਜ ਬਿਲਕੁਲ ਪਠਾਣਾ ਤੁਲੀਆਂ 'ਚ ਕਾਂਗਰਸ ਦੀ ਸਫਾਈ ਜਿਹੜੀ ਆ ਹੋ ਗਈ ਆ। ਇਹੀ ਮੇਨ ਪਰਿਵਾਰ ਸੀਗੇ ਜਿਹੜੇ ਕਾਂਗਰਸ ਦੇ ਨਾਲ ਚੱਲਦੇ ਸੀਗੇ, ਉਹ ਸਾਰੇ ਪਰਿਵਾਰ ਜਿਹੜੇ ਨੇ
ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ। ਦੱਸ ਕੱਲ੍ਹ ਤੁਸੀਂ ਸਪੀਚ ਕੀਤੀ ਸੀ ਪਿੰਡ ਖੁਸ਼ਹਾਲਪੁਰ ਦੇ ਵਿੱਚ, ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਵੋਟਾਂ ਹੋਈਆਂ ਉਹ 'ਚ ਬਹੁਤ ਧਾਂਦਲੀ ਹੋਈ ਸੀ, ਉਹ ਕਿਹੜੇ ਲੋਕ ਨੇ? ਵੇਖੋ ਉਹ ਜਿਹੜੇ ਉਹ ਤਾਂ ਉਹੀ ਲੋਕ ਜਿਹੜੇ ਲੀਡਰਾਂ ਨੇ ਪਿੰਡਾਂ ਦੇ ਵਿੱਚ, ਜਿਹੜੇ ਸਰਪੰਚ ਸੀਗੇ ਜਾਂ ਮੋਹਤਬਰ ਪਿੰਡਾਂ ਦੇ ਵਿੱਚ ਬਣੇ ਸੀਗੇ, ਉਹਨਾਂ ਨੇ 22 'ਚ ਜੋ ਹਾਲਾਤ ਪਿੰਡਾਂ ਦੇ ਪੈਦਾ ਕੀਤੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਮੇਰੇ ਤੋਂ ਜ਼ਿਆਦਾ ਤੁਹਾਨੂੰ ਵੀ ਪਤਾ। ਪਰ ਉਹ ਜੋ ਉਹਨਾਂ ਉਸ ਟਾਈਮ 'ਤੇ ਕਰਤਾ, ਉਹ ਸਰਕਾਰ ਸੀਗੀ ਉਹਨਾਂ ਦੀ ਦਬਦਬਾ ਸੀਗਾ, ਤਾਂ ਲੋਕ ਪ੍ਰੈਸ਼ਰ ਥੱਲੇ ਆਣ ਕੇ ਉਹਨਾਂ ਦੇ ਮੁਤਾਬਕ ਚੱਲਦੇ ਰਹੇ। ਹੁਣ ਲੋਕ ਉਹਨਾਂ ਦੇ ਪ੍ਰੈਸ਼ਰ ਤੋਂ ਬਾਹਰ ਆ ਗਏ ਨੇ, ਤਾਂ ਜਿਹੜਾ ਕੰਮ ਇਹਨਾਂ 2022 'ਚ ਕੀਤਾ ਉਹ 2024 'ਚ ਭੁੱਲ ਜਾਣ, ਜਾਂ ਕਿਸੇ ਨੇ ਕੋਈ ਫਰਕ ਕੀਤਾ ਉਹ ਜੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ, ਸਰਕਾਰ ਨੂੰ ਪਤਾ ਉਹਨੂੰ ਨੱਥ ਕਿਵੇਂ ਪਾਉਣੀ ਹੈ। ਮਾਨ ਸਾਹਿਬ ਨੇ ਕੱਲ੍ਹ ਇੱਕ ਖੁਸ਼ੀ ਸਾਂਝੀ ਕੀਤੀ ਕਿ 2 ਮਹੀਨੇ ਤੱਕ ਇੱਕ ਖੁਸ਼ੀ ਆਉਣ ਵਾਲੀ ਹੈ, ਲੇਕਿਨ ਕਈਆਂ ਵੱਲੋਂ ਕਮੈਂਟਬਾਜ਼ੀ ਕੀਤੀ ਜਾ ਰਹੀ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਜੀ? ਵੇਖੋ ਜਿਹੜੇ ਕਮੈਂਟ ਕਰਦੇ ਨੇ ਉਹ ਤਾਂ ਮੈਨੂੰ ਲੱਗਦਾ ਉਹ ਤਾਂ ਬੇਵਕੂਫੀ ਦਾ ਕੋਈ ਹੱਦ ਨਹੀਂ ਨਾ। ਜੇ ਪਰਿਵਾਰ 'ਚ ਓਪਨਲੀ ਆ ਕਿ ਜੇ ਮੈਰਿਜ ਹੋਈ ਹੈ, ਠੀਕ ਹੈ, ਇੱਕ ਕੁਦਰਤ ਦਾ ਦਸਤੂਰ ਹੈ ਕਿ ਮੈਰਿਜ ਹੋਈ ਆ, ਬੱਚਾ ਪੈਦਾ ਹੋਣਾ, ਇੱਕ ਕੁਦਰਤ ਨੇ ਹਰ ਚੀਜ਼ ਦਾ ਜੋੜਾ ਬਣਾਇਆ, ਹਰ ਚੀਜ਼ ਦਾ ਜੋੜਾ ਬਣਿਆ ਕੁਦਰਤ ਨੇ ਬਣਾਇਆ, ਔਰ ਜਿਹੜਾ ਜੋੜਾ ਬਣਿਆ ਵਾ ਉਹਦਾ ਅੱਗੋਂ ਪਰਿਵਾਰ ਉਹ ਜੋੜੇ ਮੁਤਾਬਕ ਚੱਲਣਾ। ਇਸ ਕਰਕੇ ਜਿਹੜੇ ਲੋਕ ਕਮੈਂਟਸ ਕਰਦੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਆਪਣੀ ਸਮਝ ਕੋ ਕੰਮ ਲੈਣਾ ਚਾਹੀਦਾ, ਅਕਲ ਕੋ ਕੰਮ ਲੈਣਾ ਚਾਹੀਦਾ। ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਆਪਣੀ ਨੀਤੀ ਤਹਿਤ ਚੱਲੀਆਂ ਨੇ, ਬਟ ਕਈ ਉਹਨਾਂ ਦੇ ਵਿੱਚ ਇਹੋ ਜਿਹੀ ਕਮੀਆਂ ਸੀ, ਇਹੋ ਜਿਹੀ ਤਰੱਟੀਆਂ ਸੀ ਜਿਹੜੀਆਂ ਲੋਕਾਂ ਨੂੰ ਦਿਖਾਈ ਦਿੰਦੀਆਂ ਸੀ, ਤਾਂ ਉਹ ਉਹਨਾਂ ਕਮੀਆਂ ਤਰੱਟੀਆਂ 'ਤੇ ਜ਼ਿਆਦਾ ਕੰਮ ਨਹੀਂ ਸੀ ਕਰਦੇ, ਅਤੇ ਉਹੀ ਆਪਾਂ ਚੀਜ਼ ਇਹ ਸਰਕਾਰ ਦੇ ਵਿੱਚ ਦੇਖੀ ਹੈ ਕਿ ਇਹਨਾਂ ਨੇ ਉਹ ਚੀਜ਼ਾਂ ਨੂੰ ਕਵਰ ਅਪ ਕੀਤਾ ਅਤੇ ਨਾਲ ਦੇ ਨਾਲ ਉਹਨਾਂ ਕਮੀਆਂ ਨੂੰ ਦੂਰ ਕੀਤਾ, ਅਤੇ ਨੌਜਵਾਨਾਂ ਨੂੰ ਮੇਨ ਜ਼ਿਆਦਾ ਐਜੂਕੇਸ਼ਨ ਹੋ ਗਈ, ਸਿਹਤ ਹੋ ਗਈ, ਇਹੋ ਜਿਹੇ ਵਿਸ਼ਿਆਂ ਨੂੰ ਲੈ ਕੇ ਅੱਗੇ ਚੱਲੇ, ਜਿਹੜੀ ਕਿ ਬਹੁਤ ਜ਼ਰੂਰੀ ਹੈ। ਅਤੇ ਇਸ ਕਰਕੇ ਸਾਨੂੰ ਲੱਗਾ ਹੈ ਕਿ ਇਹ ਜਿਹੜੀ ਪਾਰਟੀ ਹੈ ਇੱਕ ਨਵੀਂ ਸੋਚ ਨੂੰ ਲੈ ਕੇ ਅੱਗੇ ਆਈ ਹੈ, ਅਤੇ ਇਸ ਪਾਰਟੀ ਦੇ ਨਾਲ ਜੁੜਨਾ ਜਿਹੜਾ ਉਹ ਹਰ ਇੱਕ ਨੌਜਵਾਨ ਲਈ ਜ਼ਰੂਰੀ ਹੈ। ਕਿਉਂ ਸਰ ਫਿਰ ਉਹਨਾਂ ਦੀ ਸੋਚ ਤੋਂ ਬਿਲਕੁਲ ਐਗਰੀ ਜੇ? ਬਿਲਕੁਲ ਬਿਲਕੁਲ ਸਰ, ਉਹਨਾਂ ਦੀ ਸੋਚ ਇੱਕ ਨਵੀਂ ਸੋਚ ਹੈ, ਇੱਕ ਯੁਵਾ ਸੋਚ ਹੈ, ਨੌਜਵਾਨਾਂ ਨੂੰ ਇੱਕ ਚੰਗੀ ਦੇਣ ਵਾਲੀ, ਚੰਗੀ ਸੇਧ ਦੇਣ ਵਾਲੀ ਸੋਚ ਹੈ, ਔਰ ਉਹ ਤੋਂ ਇਲਾਵਾ ਉਹ ਇੱਕ ਆਮ ਪਰਿਵਾਰਾਂ ਦੇ ਵਿੱਚ ਉੱਠੇ ਹੋਏ ਜਿਹੜੇ ਲੜਕੇ ਨੇ ਜਿਹੜੇ ਇਸ ਪਾਰਟੀ ਦੇ ਵਿੱਚ ਵੱਡੇ ਅਹੁਦਿਆਂ 'ਤੇ ਪਹੁੰਚੇ ਹੋਏ ਨੇ, ਤਾਂ ਉਹ ਸਾਰੇ ਚੰਗੀ ਤਰ੍ਹਾਂ ਲੋਕਾਂ ਦੀਆਂ ਆਮ ਮੁਸ਼ਕਿਲਾਂ ਨੂੰ ਜਾਣਦੇ ਨੇ, ਅਤੇ ਇਸ ਕਰਕੇ ਉਹ ਉਹਨਾਂ ਨੂੰ ਬਿਹਤਰ ਇਹਨਾਂ ਚੀਜ਼ਾਂ ਬਾਰੇ ਪਤਾ, ਤਾਂ ਉਹ ਸਾਡੀ ਮੁਸ਼ਕਿਲਾਂ ਨੂੰ ਸਮਝ ਸਕਦੇ ਨੇ। ਜਿਸ ਤਰ੍ਹਾਂ ਸੁਖਬੀਰ ਬਾਦਲ ਕਹਿੰਦੇ ਕਿ ਪਿੰਡ 'ਚ ਮਲੰਗ ਆਉਂਦੇ, ਮਲੰਗ ਕਿਹਾ ਗਿਆ, ਉਹਦੀ ਸੋਚ ਨੂੰ ਕੀ ਕਹਿਣਾ ਚਾਹੋਗੇ? ਸਰ ਦੇਖੋ ਹਰ ਇੱਕ ਦੀ ਆਪਣਾ ਇੱਕ ਪੁਆਇੰਟ ਆਫ ਵਿਊ ਹੈ, ਠੀਕ ਹੈ, ਹਰ ਇੱਕ ਦੀ ਆਪਣੀ ਇੱਕ ਸੋਚ ਹੈ, ਆਪਾਂ ਕਿਸੇ ਦੀ ਸੋਚ ਨੂੰ ਜ਼ਿਆਦਾ ਬਦਲ ਨਹੀਂ ਸਕਦੇ, ਉਹ ਹਰ ਇੱਕ ਦਾ ਆਪਣਾ ਦੇਖਣ ਦਾ ਨਜ਼ਰੀਆ ਆ, ਠੀਕ ਹੈ। ਅਸੀਂ ਆਪਣੀ ਸੋਚ ਨੂੰ ਚੰਗਾ ਰੱਖੀਏ, ਜੇ ਅਸੀਂ ਚੰਗੇ ਹਾਂ ਤਾਂ ਸਾਰਿਆਂ ਨੂੰ ਚੰਗੇ ਹੀ ਦਿਖਾਂਗੇ, ਠੀਕ ਹੈ, ਸਾਨੂੰ ਸਾਰੇ ਲੋਕ ਚੰਗੇ ਦਿਖਣਗੇ, ਅਤੇ ਜੇ ਅਸੀਂ ਬੁਰੇ ਹਾਂ ਤਾਂ ਸਾਰੇ ਸਾਨੂੰ ਬੁਰੇ ਹੀ ਦਿਖਣਗੇ। ਆਉਣ ਵਾਲੀ ਚੋਣਾਂ 'ਚ ਫਿਰ ਪੂਰਾ ਸਾਥ ਦਊਗੇ ਡਟ ਕੇ? ਬਿਲਕੁਲ ਬਿਲਕੁਲ ਸਰ, ਅਸੀਂ ਨਾਲ ਖੜੇ ਹਾਂ ਸਾਰੇ, ਆਪਾਂ ਇਸ ਪਾਰਟੀ ਦੇ ਨਾਲ, ਔਰ ਅਸੀਂ ਤਨੋ ਮਨੋ ਹਰ ਤਰ੍ਹਾਂ ਆਪਾਂ ਇਸ ਪਾਰਟੀ ਦੀ ਸੇਵਾ ਕਰਨ ਨੂੰ ਤਿਆਰ ਬੈਠੇ ਹੋਏ ਹਾਂ।